ਕੋਰੋਨਾ ਦਾ ਇੱਥੇ ਸਿਵਲ ਹਸਪਤਾਲ ਬਹੁਤ ਮੰਦਾ ਹਾਲ ਆ। ਇਹ ਜਿਹੜੀ ਸਰਕਾਰ ਹੈ ਵੀ ਨਕੰਮੀ ਆ, ਪਹਿਲਾਂ ਸਰਕਾਰਾਂ ਸਾਰੀਆਂ ਸਰਕਾਰਾਂ ਸਭ ਨਕੰਮੀਆਂ, ਆਹ ਵੀ ਸਰਕਾਰ ਨੂੰ ਗਈ। ਭਗਵੰਤ ਮਾਨ ਬਿਲਕੁਲ ਨਕੰਮਾ ਬੰਦਾ ਹੈ, ਬਿਲਕੁਲ ਇਹਨੂੰ ਹਟਾ ਦੇਣਾ ਚਾਹੀਦਾ, ਇਹਦੇ ਨਾਲ ਚੰਨ ਨਹੀਂ ਚੰਗਾ ਸਰ। ਕੋਈ ਸੁਣਵਾਈ ਨਹੀਂ ਹੁੰਦੀ, ਕੋਈ ਸੁਣਵਾਈ ਨਹੀਂ ਹੁੰਦੀ। ਮੈਂ ਇੱਥੇ ਤਾਂ ਕਰ ਰਹੀ ਹਾਂ, ਮੈਂ ਤਾਂ ਜ਼ਿਆਦਾ ਹੋ ਕੇ ਇੱਥੋਂ ਗਈ ਹਾਂ, ਮੇਰੀ ਕਿਸੇ ਨੇ ਇੱਥੇ ਬਾਤ ਪੁੱਛੀ, ਮੇਰੇ ਪੂਰੀ ਰਾਤ ਗੁਲੂਕੋਜ਼ ਚੜਿਆ ਰਿਹਾ, ਗੁਲੂਕੋਜ਼ ਖਤਮ ਵੀ ਹੋ ਗਿਆ, ਫੇਰ ਵੀ ਨਹੀਂ ਮੈਡਮ ਉੱਠੀਆਂ, ਮੇਰੇ ਹਸਬੈਂਡ ਨੇ ਹਾਕਾ ਵੀ ਮਾਰੀਆਂ, ਕੋਈ ਨਹੀਂ ਇੱਥੇ ਪੁੱਛਿਆ। ਤਾਂ ਇਹ ਸਿਵਲ ਹਸਪਤਾਲ ਕੋਈ ਕੇਅਰ ਨਹੀਂ ਕਰਦਾ, ਤੁਸੀਂ ਉੱਪਰ ਵੀ ਜਾ ਕੇ ਦੇਖੋ ਵਾਰਡਾਂ ਦੇ ਵਿੱਚ, ਕੋਈ ਉਹਨੂੰ ਦਵਾਈ ਨਹੀਂ ਟਾਈਮ ਨਾਲ, ਨਰਸਾਂ ਨੁਰਸਾਂ ਸਭ ਐਵੇਂ ਹੀ ਇੱਥੇ, ਸਭ ਜਿੰਨੇ ਵੀ ਇਹਨਾਂ ਨੂੰ ਕੋਈ ਪੁੱਛ ਲਓ ਰਿਕਾਰਡ, ਕੋਈ ਰਿਕਾਰਡ ਨਹੀਂ ਦਿਖਾਉਂਦੇ ਇਹ। ਕਰੋਨਾ ਦੀ ਪਹਿਲੀ ਲਹਿਰ ਜਦੋਂ ਆਉਂਦੀ ਹੈ ਤਾਂ ਉਸ ਵੇਲੇ ਤਿਆਰੀ ਮੁਕੰਮਲ ਨਹੀਂ ਸੀ, ਟੈਸਟ ਕਿੱਸਾਂ ਕਿੱਟਾਂ ਦੇ ਮਾਮਲੇ ਦੇ ਵਿੱਚ ਵੀ ਅਸੀਂ ਬਹੁਤ ਹੀ ਜ਼ਿਆਦਾ ਪਿੱਛੇ ਸੀਗੇ, ਇੱਥੋਂ ਤੱਕ ਕਿ ਸਿਲੰਡਰ ਤੱਕ ਬਲੈਕ ਕੀਤੇ ਗਏ ਨੇ ਜਿਹੜੇ ਆਕਸੀਜਨ ਦੇ ਨੇ। ਇਸ ਵੇਲੇ ਮਾਹੌਲ ਕਿਹੋ ਜਿਹਾ, ਰੱਬ ਨਾ ਕਰੇ, ਜਿਵੇਂ ਚਾਈਨਾ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ 25 ਕਰੋੜ ਤੱਕ ਕੇਸ ਸਾਹਮਣੇ ਆਉਣ ਦੀ ਸੰਭਾਵਨਾ ਹੈ, ਔਰ ਉੱਥੇ ਤਾਂ ਸੜਕਾਂ ਦੇ ਉੱਪਰ ਜਿਹੜੇ ਨੇ ਉਹ ਲੋਕਾਂ ਨੂੰ ਡ੍ਰਿਪਸ ਲੱਗ ਰਹੀਆਂ ਨੇ, ਬੜੀ ਬੁਰੇ ਹਾਲਾਤ ਨੇ, ਇਹੋ ਜਿਹੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ। ਰੱਬ ਨਾ ਕਰੇ ਜੇ ਕਿਤੇ ਮਾੜਾ ਮਾਹੌਲ ਹੁੰਦਾ ਹੈ ਪਹਿਲੀ ਲਹਿਰ ਵਰਗਾ ਜਾਂ ਦੂਜੀ ਲਹਿਰ ਵਰਗਾ, ਤਾਂ ਆਪਾਂ ਕਿੱਥੇ ਖੜੇ ਹਾਂ। ਇੰਨੀ ਭੀੜ ਭੜਾ ਕੀ ਹੈ, ਨਾਲ ਮੰਡੀ ਲੱਗਦੀ ਹੈ, ਉੱਥੇ ਚਲੇ ਜਾਓ, ਬਾਜ਼ਾਰ 'ਚ ਚਲੇ ਜਾਓ, ਇੰਨੀ ਕੁ ਭੀੜ ਹੈ, ਪੁੱਛੋ ਕੋਈ ਨਾ ਜੀ। ਕੋਈ ਕਿਸੇ ਨੂੰ 100 ਚ 1 ਬੰਦਾ ਹੋਏਗਾ ਸਮਝਦਾਰ ਜਿਹਨੂੰ ਅਸੀਂ ਮਾਸਕ ਪਾਇਆ ਦੇਖਿਆ ਹੋਵੇ, ਅਦਰਵਾਈਜ਼ ਕੋਈ ਹੈ ਹੀ ਨਹੀਂ ਕਿਸੇ ਕੋਲ ਮਾਸਕ। ਦਸੰਬਰ 2019 ਜਿਸ ਵੇਲੇ ਕਰੋਨਾ ਦਾ ਬੱਦਲ ਫਟਿਆ ਚਾਈਨਾ ਦੇ ਵਿੱਚ, ਉਸ ਵੇਲੇ ਕਿਸੇ ਨੂੰ ਖਬਰ ਤੱਕ ਨਹੀਂ ਸੀ ਅਤੇ ਲੋਕਾਂ ਨੇ ਜੰਮ ਕੇ ਜਸ਼ਨ ਮਨਾਏ ਪੂਰੇ ਵਿਸ਼ਵ ਦੇ ਵਿੱਚ ਨਵੇਂ ਸਾਲ ਦੇ। ਫਿਰ 2020 ਅਚਾਨਕ ਤੋਂ 22 ਮਾਰਚ ਨੂੰ ਲੋਕਡਾਊਨ ਲੱਗ ਜਾਂਦਾ ਹੈ ਤਾਂ ਫਿਰ ਜਨਤਾ ਇੱਕਦਮ ਸਖਤੇ ਦੇ ਵਿੱਚ ਆ ਜਾਂਦੀ ਹੈ। ਫਿਰ ਜਨਤਾ ਨੂੰ ਲੱਗਦਾ ਕਿ ਹੁਣ ਤਾਂ ਮੂੰਹ 'ਤੇ ਛਿੱਕਲੀਆਂ ਪਾ ਕੇ ਰਹਿਣਾ ਪੈਣਾ, ਇੱਕ ਵਾਰੀ ਫਿਰ ਤੋਂ ਉਹੀ ਮਾਹੌਲ ਆਇਆ, ਫਿਰ ਤੋਂ ਸਾਡੇ ਮੂੰਹਾਂ ਦੇ ਉੱਪਰ ਛਿੱਕਲੀਆਂ ਲੱਗੀਆਂ ਹੋਈਆਂ ਨੇ ਜੀ। ਔਰ ਇਸ ਵੇਲੇ ਜਿਹੋ ਜਿਹੇ ਮਾਹੌਲ ਨੇ, ਇਹੋ ਜਿਹੇ ਮਾਹੌਲ ਦੇ ਵਿੱਚ ਜਿੱਥੇ ਪੰਜਾਬ ਸਰਕਾਰ ਨੇ 50,000 ਡੋਜ਼ਾਂ ਮੰਗਵਾਈਆਂ ਨੇ ਕਰੋਨਾ ਦੇ ਨਾਲ ਨਿਪਟਣ ਦੇ ਲਈ, ਪੂਰੀ ਤਿਆਰੀ ਹੈ ਕਿਹਾ ਜਾ ਰਿਹਾ ਸਰਕਾਰ ਵੱਲੋਂ, ਅਸੀਂ ਪਹੁੰਚੇ ਹੋਏ ਹਾਂ ਜੀ ਜਲੰਧਰ ਸਿਵਲ ਹਸਪਤਾਲ। ਸਿਵਲ ਸਰਜਨ ਡਾਕਟਰ ਰਮਨ ਸ਼ਰਮਾ ਜੀ ਸਾਡੇ ਨਾਲ ਨੇ, ਕਰਦਿਆਂ ਦੇ ਨਾਲ ਖਾਸ ਗੱਲਬਾਤ। ਸਭ ਤੋਂ ਪਹਿਲਾਂ ਰੇਡੀਓ ਸਪਾਈਸ 'ਤੇ ਤੁਹਾਡਾ ਸਵਾਗਤ ਹੈ ਜੀ। ਨਮਸਕਾਰ ਮੈਡਮ, ਨਮਸਕਾਰ ਜੀ। ਕਿੰਨੀ ਕੁ ਤਿਆਰੀ ਹੈ ਜੇ ਅਸੀਂ ਗੱਲ ਕਰੀਏ ਕਰੋਨਾ ਦੇ ਮੱਦੇਨਜ਼ਰ? ਦੇਖੋ ਮੈਡਮ, ਤੁਹਾਨੂੰ ਪਤਾ ਹੀ ਹੈਲਥ ਡਿਪਾਰਟਮੈਂਟ ਨੇ ਪਿਛਲੇ 2-3 ਸਾਲ 'ਚ ਕਰੋਨਾ ਦੇ ਟਾਈਮ 'ਤੇ ਬਹੁਤ ਮਿਹਨਤ ਕੀਤੀ ਹੈ। ਸਾਡਾ ਜਿਹੜੇ ਹਾਇਰ ਆਫਿਸਰ ਤੋਂ ਲੈ ਕੇ ਲੋਅਰ ਡਾਊਨ ਕਿਹੜੇ ਵੀ ਸਾਡੇ ਇੰਪਲਾਈਜ਼ ਆ, ਇੱਕਜੁੱਟ ਹੋ ਕੇ ਇਹਦਾ ਸਾਰਾ ਸਾਹਮਣਾ ਕੀਤਾ। ਹੁਣ ਵੀ ਅਸੀਂ ਦੇਖੋ, ਕੋਈ ਪੈਨਿਕ ਨਹੀਂ ਹੈ, ਕੋਈ ਇੱਦਾਂ ਨਹੀਂ ਕਿ ਕਰੋਨਾ ਆ ਗਿਆ ਹੋਇਆ, ਇਹ ਜਸਟ ਇੱਕ ਤਿਆਰੀ ਹੈ। ਕਿਉਂਕਿ ਕੁਛ ਦੇਸ਼ਾਂ ਦੇ ਵਿੱਚ ਆਲੇ ਨੇੜੇ ਦੇ ਦੇਸ਼ਾਂ 'ਚ ਜਾਂ ਕੁਛ ਵੱਡੇ ਵੱਡੇ ਦੇਸ਼ਾਂ 'ਚ ਦੁਆਰਾ ਕੇਸਿਸ ਜਾਗੇ ਆ, ਅਤੇ ਉਹ ਵੇਰੀਐਂਟ ਜਿਹੜਾ BF7 ਜਿਹਨੂੰ ਕਹਿ ਰਹੇ, ਉਹਦੇ ਕੇਸਿਸ 2-4 ਇੰਡੀਆ 'ਚ ਵੀ ਮਿਲ ਗਏ ਆ, ਅਤੇ ਉਹਦੇ ਕਰਕੇ ਇੱਕ ਤਿਆਰੀ ਹੈ ਜਿਹਦੇ ਅਸੀਂ ਮੁਕੰਮਲ ਕਰ ਲਈ ਹੈ। ਪਿਛਲੇ 5 ਦਿਨ ਹੋ ਗਏ, 22 ਤਰੀਕ ਤੋਂ ਜਿੱਦਾਂ ਹੀ 21-22 ਤੋਂ ਅਲਰਟ ਚਾਲੂ ਹੋਇਆ, ਅਸੀਂ ਆਪਣੀ ਹੁਣ ਤਿਆਰੀ ਹੈ ਪੂਰੀ ਕਰ ਲਈ ਹੈ। ਕੱਲ੍ਹ DC ਸਾਹਿਬ ਨੇ ਵੀ ਸਾਡੀ ਤਿਆਰੀ ਦਾ ਜਾਇਜ਼ਾ ਲੈ ਲਿਆ, ਅਤੇ ਅਸੀਂ ਆਪਣੀਆਂ ਸਾਡੀਆਂ ਟੀਮਾਂ ਵਗੈਰਾ ਉਹ ਪਹਿਲੇ ਦੀ ਤਰ੍ਹਾਂ ਹੀ ਇਨ ਪਲੇਸ ਹੈ। 28 ਟੀਮਾਂ ਸਾਡੀਆਂ ਸੈਂਪਲ ਕਰ ਰਹੀਆਂ, ਸਾਨੂੰ ਟਾਰਗੇਟ 800 ਦਾ ਮਿਲਿਆ, ਅਸੀਂ ਬਿਓਨ ਟਾਰਗੇਟ ਚੱਲ ਰਹੇ ਹਾਂ ਆਲਰੇਡੀ। ਅਤੇ ਖੁਸ਼ਕਿਸਮਤੀ ਹੈ ਕਿ ਕੋਈ ਵੀ ਕੇਸ ਪਿਛਲੇ ਦਿਨਾਂ 'ਚ ਸਾਡਾ ਪੋਜ਼ਿਟਿਵ ਨਹੀਂ ਆ ਰਿਹਾ, ਸਾਰੇ ਕੇਸ ਆਪਣੇ ਨੈਗੇਟਿਵ ਆ ਰਹੇ ਆ, ਕੋਈ ਉਹਦੇ ਵਿੱਚ ਐਸੀ ਬਿਲਕੁਲ ਵੀ ਪੈਨਿਕ ਦੀ ਗੱਲ ਨਹੀਂ ਹੈ। ਲੇਕਿਨ ਕੁਛ ਗਵਰਨਮੈਂਟ ਦੀਆਂ ਗਾਈਡਲਾਈਨਸ ਆ, ਜਿਵੇਂ ਕਿ ਮਾਸਕ ਲਗਾਉਣਾ, ਭੀੜ ਭੜੱਕੇ 'ਚ ਦੂਰੀ ਰੱਖਣਾ, ਹੱਥ ਧੋਣੇ, ਛੋਟੀਆਂ ਛੋਟੀਆਂ ਗਾਈਡਲਾਈਨ ਜਿਹਨੇ ਜਲੰਧਰ ਵਾਸੀ ਚੰਗੀ ਤਰ੍ਹਾਂ ਜਾਣੂ ਨੇ, ਉਹਨਾਂ ਨੂੰ ਪਤਾ ਹੈਗਾ, ਹਰੇਕ ਬੰਦੇ ਨੂੰ ਕੋਈ ਵਾਰ ਵਾਰ ਸਿਖਾਉਣ ਦੀ ਦੱਸਣ ਦੀ ਲੋੜ ਨਹੀਂ। ਕਰੋਨਾ ਨੇ ਕਾਫੀ ਕੁਛ ਸਿਖਾਤਾ, ਰੂਟੀਨ ਜੀਣਾ ਵੀ ਸਿਖਾਤਾ, ਕਿ ਜਿਹੜੇ ਸਮਝਦਾਰ ਲੋਕ ਆ ਉਹ ਤਾਂ ਨਾ ਵੀ ਸਕੇਅਰ ਹੋਵੇ ਤਾਂ ਵੀ ਮਾਸਕ ਲਗਾਉਂਦੇ ਆ ਜਾਂ ਹੱਥ ਧੋਂਦੇ ਜਾਂ ਡਿਸਟੈਂਸ ਰੱਖਦੇ ਆ, ਕੋਈ ਖਾਂਸੀ ਖੁੰਸੀ ਕਿੱਦਾਂ ਕਰਨੀ ਉਹਦਾ ਉਹਨਾਂ ਨੂੰ ਐਟੀਕੇਟਸ ਪਤਾ, ਰੈਸਪੀਰੇਟਰੀ ਐਟੀਕੇਟਸ ਜਿਹਨੂੰ ਕਹਿੰਦੇ ਆ। ਸੋ ਇਸ ਕਰਕੇ ਅਵੇਅਰਨੈਸ ਪੱਖੋਂ ਅਸੀਂ ਆਪਣਾ ਕਰ ਵੀ ਰਹੇ, ਮੀਟਿੰਗਸ ਵੀ ਕਰ ਰਹੇ ਹਾਂ। ਸਾਡੇ ਜਿਹੜੇ SMO ਸਾਹਿਬਾਨ ਆ ਆਪਣੇ ਅੱਗੋਂ ਸਟਾਫ ਨੂੰ, ਉਹ ਜਿਹੜੇ ਘਰ ਘਰ ਜਾਂਦੇ ਉਹਨਾਂ ਨੂੰ ਵੀ ਅਗੇਨ ਸਾਰਾ ਅਸੀਂ ਐਕਸਰਸਾਈਜ਼ ਕਰ ਰਹੇ ਹਾਂ। 204 ਟੀਮਾਂ ਅਸੀਂ ਰੈਪਿਡ ਰਿਸਪੋਂਸ ਟੀਮਾਂ ਇਸਟੈਬਲਿਸ਼ ਕਰਤੀਆਂ ਕੱਲ੍ਹ, ਜਿਹੜੀਆਂ ਕਿ ਜੇ ਕੋਈ ਕੇਸ ਪੋਜ਼ਿਟਿਵ ਆਉਂਦਾ ਤਾਂ ਉਹ ਆਪਣੇ ਏਰੀਏ ਦੇ ਵਿੱਚ ਉਹਨੂੰ ਅੱਛੀ ਤਰ੍ਹਾਂ ਟਰੈਕ ਕਰਨਗੀਆਂ, ਜੇ ਹੋਮ ਆਈਸੋਲੇਟ ਕੀਤਾ ਅਸੀਂ ਉਹਨੂੰ ਡੇਲੀ ਬੇਸਿਸ 'ਤੇ ਉਹਦਾ ਹਾਲ ਪੁੱਛ ਕੇ ਰਿਕਾਰਡ ਕਰਨਗੀਆਂ ਔਰ ਮੈਨੂੰ ਇਨਫੋਰਮ ਕਰਨਗੀਆਂ। ਅਤੇ ਸਾਡਾ ਕੰਟਰੋਲ ਰੂਮ ਅਸੀਂ ਇਸਟੈਬਲਿਸ਼ ਕੀਤਾ ਹੋਇਆ, ਉਹ ਵੀ ਇਸ ਗੱਲ 'ਚ ਬਹੁਤ ਸਹਾਈ ਹੈ ਕਿਉਂਕਿ ਅਸੀਂ ਫੋਨ ਕਰੀਦਾ ਪੇਸ਼ੈਂਟਸ ਨੂੰ, ਕਈਆਂ ਨੂੰ ਮੈਂ ਆਪ ਵੀ ਕਰਦਾ,
तो इस करके देर इज़ नथिंग टू वरी, चिंता की कोई गल नहीं। जो आप गाइडलाइन मान लीए तो हो ही ना किसी को, वह सब तो वड्डी साड़ी अचीवमेंट होएगी। करोना की पहली लहर जदों आउंदी है तो उस वेले तैयारी मुकम्मल नहीं सी, टेस्ट किस्सा किटां दे मामले दे विच भी असी बहुत ही ज़्यादा पिछे सीगे, इतों तक कि सिलेंडर तक ब्लैक किए गए ने जिहड़े ऑक्सीजन दे ने। इस वेले माहौल किहो जिहा, रब ना करे जिवें चाइना दे विच कहा जा रहा है कि 25 करोड़ तक केस सामने आने की संभावना है, और उत्थे तां सड़कां दे उपर जिहड़े ने ओह लोकां नूं ड्रिप्स लग रहीआं ने, बड़ी बुरे हालात ने, इहो जिहीआं वीडियोज़ वायरल हो रहीआं ने। रब ना करे जे किते माड़ा माहौल हुंदा है पहली लहर वर्गा या दूजी लहर वर्गा, तां आपां कित्थे खड़े आ? मैडम पहली तो गल के क्योंकि साडे मजोरिटी पापूलेशन वैक्सीनेटिड है, मजोरिटी पापूलेशन, तो इदा का कोई डर दिखता नहीं, ठीक है। दूसरी गल जे खुदा ना खासता हुंदा भी है क्योंकि वैक्सीन लगी हुई है, पूरी उम्मीद करते हैं रिकवर कर जाएगा। तीसरी जे मैं तुहाडी गल मन्ना, खुदा ना खासता पता नहीं हुंदा समय दा, ते साडी असी बहुत कुछ सीखिया। पहली गल पिछले 2 सालों हैल्थ डिपार्टमेंट ने बहुत कुछ सीखिया, नवीं चीज़ सी, एक नवीं चीज़ सी जिहदे बारे पता नहीं सी किसे नूं भी कुछ, ते उहदे चों बहुत कुछ सीखिया। एंड वी आर वेरी मच अलर्ट। जिवें तुहानूं दसां उस टाइम ते साडी पीक डिमांड जलंधर दी 50 मीट्रिक टन ऑक्सीजन दी सीगी, और 50 मीट्रिक टन दी अवेलेबिलिटी सीगी, पूरोपूर सी। इस करके किसे वेलां ह्यू एंड क्राई मचदी सी, हुण साडे कोल 128 मीट्रिक टन दी अवेलेबिलिटी है। तो मैनू नहीं लगता कि वो जदों पिछले अप्रैल मई च जिहड़ी लहर आई सी उहदे बराबर दी लहर दुआरा आएगी। इनकेस जी आंदी है, वी आर वेरी मच मतलब कंफर्टेबली प्लेस्ड, जिथों तक कि ऑक्सीजन का सवाल है, जिथों तक कि बैड का सवाल है, साढ़े को आलमोस्ट 2000 बैड्स प्राइवेट और सरकारी पा के साढ़े को अवेलेबिलिटी है। उस टाइम तो की सी कि 2000 तां हो गए सी क्योंकि दूसरे पेशेंट नहीं सी पैंदे, हुण विच दूसरे पेशेंट भी आ रहे हैं तो कुछ गिनती घट जाती, बट वो एक्सपेंडेबल है टू 2000 जदों भी कोई स्केयर आ जाएगा इदा। क्या यह भी गया है, खबर भी उड़ियाँ कि जोड़े टैसट ने घट किए गए सिर्फ तो सिर्फ पैनिक घटाने वास्ते, और इतों तक कि टैसट कई फेक भी हुए, लोगों ने इदा भी किया कि जाली टैसट रिपोर्टा लिया, जाली जड़ी नैगेटिव रिपोर्टा लिया सिर्फ अपने काम बनाने के लिए या फिर कितने ट्रैवल करने के लिए। इस गल के उपर हैल्थ डिपार्टमेंट हूँ कि पैरा दे रहा है? मैडम देखो ये तुसी कह रहे हो, मैं ठीक है, मैं मानता थोड़ी गल, पर मेरे ध्यान इदा का जदों मैं इतने आया मेरे ध्यान इदा का कोई केस नहीं आया। जे एक आया भी सी असीं उहदी तहकीकात कीती तो वह सही सीगा, उहदे विच फाल्स एलीगेशन फाल्स सीगे, कोई ऐसी गल नहीं। तो असी जिहड़ी 800 सैंपल तो असी कर रहे, 800 किन्ने बेटा कीते सी कल, 864 दे करीब असी सैंपल भेजे आ, तो असी सैंपल उहदा कर रहे जिहनूं थोड़ा बहुत सिमटम है या किसी तरह का बुखार है या खांसी है या सोर थ्रोट है या बॉडी एक्स हो रही हैं, जो भी साडे को गाइडलाइन के हिसाब नाल फ्लू लाइक सिमटम है या मतलब रेस्पिरेटरी सिमटम है कोई भी, असी उहदा टैसट कर रहे हैं और साडे को नैगेटिव आ रहा साडे कोल। तो असी पब्लिक नूं मीडिया दसदे भी हैं कि भी साडे कोल सरकारी सारियां टीमां इन्नी जगह फैलियां होईयां कि दे शुड ऑप्ट फॉर गैटिंग इट डन फ्रॉम द गवर्नमेंट सैक्टर। जे प्राइवेट सैक्टर भी साडा, प्राइवेट सैक्टर ने मोढ़े ना मोढ़ा मिला के साडा साथ दिता, जे विचों कोई एक दो ने कोई इदां कीता भी है तो वी आर कीपिंग एन आई ऑन दैम। देखिया जावे तुसीं प्राइवेट सैक्टर की गल की, माफ़ करना थोड़ा टोक रही, पर प्राइवेट सैक्टर के बहुत वारी लोगों को हरासमेंट भी हुई और लोगों को वध तो वध सरकारी उन्ना खर्चा नहीं होया, सरकारी दे जिते ना मात्र खर्चा होया उत्थे प्राइवेट जाके लोगों के बहुत ही ज़्यादा आहू लाए गए, लोगों तो बहुत ही ज़्यादा ठगियां भी वजिया। गवर्नमेंट ने फिक्स किए हुए रेट है, ਸਾਡੇ ਆਫਿਸਰ ਚੈੱਕ ਕਰਦੇ ਰਹੇ ਟਾਈਮ ਟੂ ਟਾਈਮ, ਜੋ ਗਵਰਨਮੈਂਟ ਦੀਆਂ ਗਾਈਡਲਾਈਨਸ ਦੇ ਨਾਲ ਨਿਰਧਾਰਿਤ ਆ ਉਹੀ ਲਏ ਗਏ ਆ। ਜੇ ਕਿਤੇ 1-2 ਵਾਰੀ ਕੰਪਲੇਂਟ ਆਈ ਉਹਦੀ ਪੂਰੀ ਇਨਕੁਆਇਰੀ ਹੋਈ ਆ ਉਹਨਾਂ ਨਾਲ, ਜੇ ਕੋਈ ਮਤਲਬ ਆਈ, ਪਰ ਸਾਡੇ ਧਿਆਨ 'ਚ ਕੋਈ ਇੱਦਾਂ ਦਾ ਕੇਸ ਜਲੰਧਰ 'ਚ ਨਹੀਂ ਹੈਗਾ ਕਿ ਅਸੀਂ ਕਹੀਏ ਕਿ ਜੀ ਰੇਟ ਜ਼ਿਆਦਾ ਲੈ ਲਿਆ ਜਾਂ ਕੁਛ ਲੈ ਲਿਆ। ਦੇ ਹੈਵ ਆਲ ਟੇਕਨ ਮਨੀ ਫੀ ਅਕੋਰਡਿੰਗ ਟੂ ਦਾ ਗਵਰਨਮੈਂਟ ਗਾਈਡਲਾਈਨਸ। ਨਵੀਂ ਬੂਸਟਰ ਡੋਜ਼ ਜਿਹੜੀ ਨੇਜ਼ਲ ਬੂਸਟਰ ਡੋਜ਼ ਆ ਉਹਨੂੰ ਲੈ ਕੇ ਹੈਲਥ ਡਿਪਾਰਟਮੈਂਟ ਦੀ ਕੀ ਗਾਈਡਲਾਈਨਸ ਹੈ? ਮੈਡਮ ਉਹ ਅਜੇ ਤੱਕ ਸਾਡੇ ਕੋਲ ਕੋਈ ਆਈਆਂ ਨਹੀਂ, ਜਿੱਦਾਂ ਹੀ ਆਉਣਗੀਆਂ ਵਿਲ ਮੇਕ ਯੂ ਅਵੇਅਰ ਆਫ ਦੈਟ। ਅਜੇ ਗਾਈਡਲਾਈਨਸ ਕੋਈ ਨਹੀਂ ਆਈਆਂ। ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ, ਸਾਡੇ ਨਾਲ ਬਣੇ ਹੋਏ ਸਨ ਸਿਵਲ ਸਰਜਨ ਜਲੰਧਰ ਡਾਕਟਰ ਰਮਨ ਸ਼ਰਮਾ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ।